ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪ ਸਭ ਦਾ ਮੇਰੇ ਯੂਟਿਊਬ ਚੈਨਲ ਕਲਾਸਿਕ ਵਿਦ ਪਰਮਜੀਤ ਕੌਰ ਤੇ ਸਵਾਗਤ ਹੈ। ਅੱਜ ਅਸੀਂ ਬਣਾਵਾਂਗੇ ਘੀਏ ਦੀ ਬਰਫੀ। ਸਬਜ਼ੀ ਤਾਂ ਸਾਰਿਆਂ ਨੇ ਖਾਧੀ ਹੋਣੀ ਹੈ ਤੇ ਅੱਜ ਅਸੀਂ ਬਰਫੀ ਬਣਾਉਣੀ ਸਿੱਖਦੇ ਹਾਂ। ਦੋ ਤਰ੍ਹਾਂ ਦੀ ਬਰਫੀ ਘੀਏ ਤੋਂ ਮੈਂ ਤੁਹਾਨੂੰ ਸਿਖਾਉਣ ਜਾ ਰਹੀ ਹਾਂ। ਆਓ ਬਣਾਉਂਦੇ ਹਾਂ ਘੀਏ ਦੀ ਬਰਫੀ। ਹਾਂਜੀ, ਇਹਦੇ ਲਈ ਜੋ ਸਮਾਨ ਚਾਹੀਦਾ ਸਾਨੂੰ, ਘੀਆ ਕੱਦੂ ਜਾਂ ਲੌਕੀ ਲੈ ਸਕਦੇ ਹਾਂ ਅਸੀਂ, ਤੇ ਇਹ ਹੈ ਜੀ ਨਾਰੀਅਲ ਦਾ ਬਰਾਦਾ, ਜਿਹਨੂੰ ਕਿ ਮੈਂ ਘਰੇ ਹੀ ਪੀਸਿਆ ਨਾਰੀਅਲ ਨੂੰ, ਤੇ ਮੈਂ ਕਦੇ ਵੀ ਜਿਹੜਾ ਨਾਰੀਅਲ ਦਾ ਬਰਾਦਾ ਬਾਜ਼ਾਰ ਤੋਂ ਨਹੀਂ ਲੈਂਦੀ, ਉਹਨੂੰ ਘਰੇ ਪੀਸ ਲਈਦਾ, ਕਿਉਂਕਿ ਇਹਦੇ ਵਿੱਚ ਆਇਲ ਕਾਫੀ ਮਾਤਰਾ 'ਚ ਹੁੰਦਾ ਹੈ। ਜਿਹੜਾ ਅਸੀਂ ਬਾਜ਼ਾਰ ਤੋਂ ਲੈਂਦੇ ਹਾਂ ਉਹਦੇ 'ਚ ਫਿਰ ਆਇਲ ਨਹੀਂ ਹੁੰਦਾ ਇੰਨਾ। ਔਰ ਜਿਹੜੀ ਇਲਾਇਚੀ ਹੈ, ਹਰੀ ਇਲਾਇਚੀ ਛੋਟੀ ਵਾਲੀ, ਉਹ ਪੀਸ ਲਈ ਹੈ ਮੈਂ। ਮਿਲਕ ਪਾਊਡਰ ਲਿਆ ਜੀ, ਸੁੱਕਾ ਦੁੱਧ ਇੱਕ ਕੌਲੀ। ਹਾਂਜੀ, ਇਹ ਹੈ ਚੌਲਾਂ ਦਾ ਆਟਾ, ਜੋ ਕਿ ਮੈਂ ਮਿਕਸੀ ਦੇ ਵਿੱਚ ਘਰ ਹੀ ਪੀਸਿਆ ਹੋਇਆ ਚੌਲਾਂ ਦਾ ਆਟਾ, ਉਹ ਲਵਾਂਗੇ ਜੀ। ਇੰਨਾ ਤਾਂ ਨਹੀਂ ਚਾਹੀਦਾ, 2-4 ਚਮਚ ਸਾਨੂੰ ਚਾਹੀਦੇ ਉਹਦੇ ਵਿੱਚ ਪਾਉਣ ਲਈ। ਤਾਂ ਸ਼ੁਰੂ ਕਰਦੇ ਹਾਂ ਜੀ ਅਸੀਂ। ਸਭ ਤੋਂ ਪਹਿਲਾਂ ਜਿਹੜੇ ਕੱਦੂ ਹੈ ਜੀ, ਉਹਨਾਂ ਨੂੰ ਮੈਂ ਕੱਦੂਕਸ਼ ਕਰ ਲਿਆ, ਤਾਂ ਇਹਨਾਂ ਨੂੰ ਅਸੀਂ ਗੈਸ ਔਨ ਕਰਾਂਗੇ। ਪਤੀਲਾ ਰੱਖ, ਗੈਸ ਔਨ ਕਰਕੇ ਪਤੀਲਾ ਰੱਖਾਂਗੇ ਜੀ। ਜਿਹੜਾ ਸਾਡਾ ਘੀ ਹੈਗਾ ਉਹਨੂੰ ਇਹਦੇ ਚ ਪਾਵਾਂਗੇ, ਔਰ ਇਹਦੇ ਨਾਲ ਹੀ ਅਸੀਂ ਜਦੋਂ ਥੋੜਾ ਜਿਹਾ ਗਰਮ ਹੋ ਜੇ ਚੀਨੀ ਪਾ ਦੇਣੀ ਹੈ, ਜੇਕਰ ਅਸੀਂ ਬਣਾਉਣਾ ਹੈਗਾ ਚੌਲਾਂ ਦਾ ਆਟਾ ਪਾ ਕੇ। ਪਰ ਜੇ ਅਸੀਂ ਸੁੱਕਾ ਦੁੱਧ ਪਾਉਣਾ ਹੈ ਇਕੱਲਾ, ਤਾਂ ਫਿਰ ਸੁੱਕੇ ਦੁੱਧ ਦੇ ਵਿੱਚ ਖੁਦ ਹੀ ਮਿੱਠਾ ਹੁੰਦਾ ਜੀ, ਘੀਆ ਵੀ ਬਹੁਤਾ ਮਤਲਬ ਮਿਠਾਸ ਘੀਏ 'ਚ ਵੀ ਹੁੰਦੀ ਹੈ, ਔਰ ਸੁੱਕੇ ਦੁੱਧ ਵੀ ਮਿੱਠਾ ਹੁੰਦਾ, ਤਾਂ ਫਿਰ ਸਾਨੂੰ ਪਾਉਣ ਦੀ ਜ਼ਰੂਰਤ ਨਹੀਂ ਹੈ ਚੀਨੀ। ਪਰ ਜੇ ਕੋਈ ਜ਼ਿਆਦਾ ਲਾਈਕ ਕਰਦਾ ਮਿੱਠਾ, ਕਿ ਜ਼ਿਆਦਾ ਚਾਹੀਦਾ, ਤਾਂ ਫਿਰ ਤੁਸੀਂ ਪਾ ਸਕਦੇ ਹੋ ਚੀਨੀ। ਤੇ ਇਹਦੇ ਤੋਂ ਮੈਂ 2 ਤਰ੍ਹਾਂ ਦੀ ਬਣਾਉਂਗੀ, ਇੱਕ ਚੌਲਾਂ ਦਾ ਆਟਾ ਪਾ ਕੇ, ਇੱਕ ਸਿਰਫ ਸੁੱਕਾ ਦੁੱਧ ਪਾ ਕੇ। ਤਾਂ ਜਿਹੜਾ ਚੌਲਾਂ ਦਾ ਆਟੇ ਵਾਲਾ ਹੋਏਗਾ ਉਹਦੇ 'ਚ ਅਸੀਂ ਚੀਨੀ ਮਿਕਸ ਕਰਾਂਗੇ, ਤੇ ਦੁੱਧ ਵਾਲੇ 'ਚ ਮੈਂ ਚੀਨੀ ਮਿਕਸ ਨਹੀਂ ਕਰੂੰਗੀ। ਤਾਂ ਇਹਨੂੰ ਹੋਣ ਦੇਵਾਂਗੇ ਜੀ, ਇਹਨੂੰ ਲੱਗ ਜਾਣੇ ਆ 25-30 ਮਿੰਟ ਸਾਨੂੰ, ਅੱਧਾ ਘੰਟਾ ਕਰੀਬ, ਕਿ ਇਹ ਗਲ ਜਾਵੇ ਜਿਹੜਾ ਘੀ ਹੈ ਨਾ, ਤੇ ਗਲ ਕੇ ਮਤਲਬ ਕਿ ਪੂਰਾ ਜਿਹੜਾ ਹੈਗਾ, ਏਦਾਂ ਹੱਥ ਨਾਲ ਭੰਨ ਕੇ ਦੇਖਾਂਗੇ ਅਸੀਂ, ਉਹ ਬਿਲਕੁਲ ਫਿਸਣਾ ਲੱਗ ਸ਼ੁਰੂ ਹੋ ਜਾਊਗਾ, ਤਾਂ ਉਦੋਂ ਸਾਡਾ ਘੀਆ ਬਣ ਕੇ ਤਿਆਰ ਹੋ ਜਾਊਗਾ। ਤਾਂ ਇਹਨੂੰ ਰੱਖਦੇ ਹਾਂ ਜੀ, ਅਸੀਂ ਉੱਪਰੋਂ ਢੱਕ ਦਾਂਗੇ, ਤਾਂ ਕਿ ਜਿਹੜੀ ਸਟੀਮ ਹੈ ਸਟੀਮ ਦੇ ਨਾਲ ਛੇਤੀ ਗਲ ਜਾਏਗਾ। ਹਾਂਜੀ, ਇਹ ਦੇਖੋ ਲੌਕੀ ਹੈ ਜਿਹੜਾ ਸਾਡਾ, ਪਾਣੀ ਹੈ ਜਿਹੜਾ ਲਗਭਗ ਸੁੱਕ ਚੁੱਕਿਆ, ਤੇ ਪੱਕਣ ਦੇ ਨੇੜੇ ਹੀ ਹੈ ਜੀ। ਕਲਰ ਵੀ ਇਹਦਾ ਥੋੜਾ ਚੇਂਜ ਹੋ ਗਿਆ, ਪੱਕਣ ਵਾਲੀ ਹੈ ਥੋੜੀ, 2-4 ਮਿੰਟ ਦੇ ਵਿੱਚ ਹੋਰ ਪੱਕ ਜਾਏਗੀ ਇਹ। ਤੇ ਉਨੀ ਦੇਰ ਦੇ ਵਿੱਚ ਅਸੀਂ ਕੀ ਕਰਨਾ ਜੀ, ਇੱਧਰ ਚੌਲਾਂ ਦਾ ਆਟਾ ਬਿਨਾਂ ਘੀ ਦੇ, ਆਹ ਵਾਲਾ ਸਰਵਿੰਗ ਸਪੂਨ ਹੈ ਜਿਹੜਾ, 2 ਚਮਚ ਮੈਂ ਆਟੇ ਦੇ ਜਿਹੜੇ ਉਹਨੂੰ ਭੁੰਨਾਂਗੀ, 3 ਚਮਚ ਕਰੇ ਹੈ ਮੈਂ, 3 ਸਰਵਿੰਗ ਸਪੂਨ ਹੈ ਜਿਹੜੇ ਚੌਲਾਂ ਦੇ ਆਟਾ ਭੁੰਨ ਰਹੀ ਹੈ। ਤੇ ਇਹਨਾਂ ਦਾ ਧਿਆਨ ਰੱਖਣਾ ਜੀ ਕਿ ਇਹਦਾ ਕਲਰ ਨਹੀਂ ਚੇਂਜ ਹੋਣਾ ਚਾਹੀਦਾ, ਕਲਰ ਇੱਦਾਂ ਦਾ ਵਾਈਟ ਹੀ ਰਹੇਗਾ, ਔਰ ਇਹ 'ਚੋਂ ਸਮੈਲ ਆਉਣ ਲੱਗ ਜਾਏਗੀ ਭੁਸਦੇ ਦੀ, ਕਲਰ ਨਹੀਂ ਚੇਂਜ ਹੋਣ ਦੇਣਾ, ਉਦੋਂ ਤੱਕ ਭੁੰਨਣਾ ਇਹਨੂੰ। ਅੱਧੀ ਆਪਾਂ ਉਹਦੇ ਵਿੱਚੋਂ ਬਣਾਵਾਂਗੇ ਜੀ ਸੁੱਕਾ ਦੁੱਧ ਪਾ ਕੇ ਮਠਿਆਈ ਲੌਕੀ ਦੀ, ਔਰ ਅੱਧਾ ਪਾਵਾਂਗੇ ਅਸੀਂ, ਅੱਧੇ ਦੇ ਵਿੱਚ ਚੌਲਾਂ ਦਾ ਆਟਾ ਪਾ ਕੇ ਬਣਾਉਣੀ ਸਿਖਾਉਂਗੀ ਮੈਂ। ਹਾਂਜੀ, ਆਟਾ ਹੈ ਜਿਹੜਾ, ਇਹਦਾ ਰੰਗ ਨਹੀਂ ਚੇਂਜ ਹੋਣਾ ਚਾਹੀਦਾ, ਵਾਈਟ ਹੀ ਰੰਗ ਕਲਰ ਹੈ ਜਿਹੜਾ, ਇਹਦਾ ਰਹਿਣਾ ਚਾਹੀਦਾ ਹੈਗਾ। ਇਹਦੇ 'ਚੋਂ ਖੁਸ਼ਬੂ ਆ ਰਹੀ ਹੈ ਬੜੀ ਸੋਹਣੀ ਭੁਸਦੇ ਦੀ। ਆਹ ਦੇਖੋ ਜੀ, ਭੁੱਜ ਕੇ ਤਿਆਰ ਹੋ ਗਿਆ ਆਟਾ, ਕਲਰ ਬਿਲਕੁਲ ਨਹੀਂ ਚੇਂਜ ਹੋਣ ਦੇਣਾ। ਤਾਂ ਹੁਣ ਇੱਧਰ ਜਿਹੜੀ ਲੌਕੀ ਹੈ ਤੇ ਉਹ ਵੀ ਤਿਆਰ ਹੋ ਚੁੱਕਿਆ, ਉਹਦੇ ਵਿੱਚੋਂ ਮੈਂ ਅੱਧੇ ਦੇ ਵਿੱਚ ਪਾਉਂਗੀ ਸੁੱਕਾ ਦੁੱਧ ਤੇ ਨਾਰੀਅਲ, ਤੇ ਅੱਧੇ ਦੇ ਵਿੱਚ ਪਾਉਂਗੀ ਚੌਲਾਂ ਦਾ ਆਟਾ ਤੇ ਨਾਰੀਅਲ। ਹਾਂਜੀ, ਇਹਦੇ ਵਿੱਚ ਐਡ ਕਰਾਂਗੇ ਹੁਣ ਮਿਲਕ ਪਾਊਡਰ। ਇਹਦੇ ਵਿੱਚੋਂ ਜਿਹੜੀ ਲੌਕੀ ਸੀ ਜੀ, ਉਹ ਅਸੀਂ ਅੱਧੀ ਕੱਢ ਲਈ ਹੈ ਚੌਲਾਂ ਦਾ ਆਟਾ ਬਣਾਉਣ ਲਈ, ਔਰ ਇਹਦੇ ਬਾਕੀ ਦੇ ਵਿੱਚ ਮੈਂ ਮਿਲਕ ਪਾਊਡਰ ਪਾਇਆ, ਤੇ ਨਾਲ ਹੀ ਇਹਦੇ 'ਚ 2 ਚਮਚ ਪਾਵਾਂਗੇ ਨਾਰੀਅਲ ਪਾਊਡਰ, ਨਾਰੀਅਲ ਜਿਹੜਾ ਕੱਦੂਕਸ਼ ਕਰਕੇ ਰੱਖਿਆ ਸੀ ਜੀ। ਮਿਲਕ ਪਾਊਡਰ ਔਰ ਨਾਰੀਅਲ ਦਾ ਜਿਹੜਾ ਬਰਾਦਾ ਸੀ ਉਹ ਪਾਉਣ ਤੋਂ ਬਾਅਦ ਥੋੜਾ ਜਿਹਾ ਨਾਲ ਹੀ ਇਲਾਇਚੀ ਪਾਊਡਰ ਪਾਇਆ ਮੈਂ, ਤੇ ਜਿਹੜਾ ਇਹਨੂੰ ਹਿਲਾਉਂਦੇ ਰਹੋ ਥੋੜਾ, ਹੋਰ ਇਹ ਹਾਰਡ ਹੋ ਜਾਵੇ ਥੋੜਾ ਜਿਹਾ। ਹਾਂਜੀ, ਆਹ ਦੇਖੋ ਬਸ ਸਾਡੀ ਜਿਹੜੀ ਲੌਕੀ ਦੀ ਬਰਫੀ ਹੈ ਉਹ ਬਣ ਕੇ ਤਿਆਰ ਹੈ ਲਗਭਗ। ਇਹਦੇ ਅਸੀਂ ਪੇੜੇ ਵੀ ਬਣਾ ਸਕਦੇ ਹਾਂ, ਇਹਨੂੰ ਟ੍ਰੇ ਦੇ ਵਿੱਚ ਪਾ ਕੇ ਜਮਾ ਕੇ ਇਹਦੇ ਪੀਸ ਕੱਟ ਸਕਦੇ ਹਾਂ, ਤੇ ਇਹਦੇ ਵਿੱਚ ਕਲਰ ਵੀ ਐਡ ਕਰ ਸਕਦੇ ਹਾਂ, ਗ੍ਰੀਨ ਕਲਰ
जां जलेबियां वाला कलर, जे जलेबियां वाला कलर असी ऐड कर देने तां बिल्कुल जिवें गजरेला हुंदा उस तरह का बन जाएगा। यह कोई पछाण भी नहीं सकेगा कि गजरेला है जां इह लौकी तो बनाया होया। ते तैयार है जी, हुण गैस कर दांगे असी बंद। देखो किन्नी जल्दी बन के तैयार हो जाती है, सिर्फ जिहड़ा टाइम लगता है लौकी नूं कुक होने लई लगता है, बाकी उस तो बाद कोई टाइम नहीं लगता। यह तैयार है जी। हाँ जी, इस नूं हुण असी प्लेट च कढ लवांगे, थोड़ा ठंडा हो के फिर इस दे पेड़े वटांगे। हुण जिहड़ी अद्धी मैं कट्टी सीगी उहनूं पावांगे इहदे विच, ते इहदे विच थोड़ी करांगे चीनी ऐड। उहदे विच चीनी नहीं पाई सी क्योंकि जिहड़ा दुध हुंदा मिल्क पाउडर उह मिठा ही हुंदा, ते इहदे विच मैं 2 चम्मच 2-3 चम्मच टेस्ट दे अकॉर्डिंग अपने चीनी ऐड कर लैनी है। तुसीं चीनी ऐड करके देखो चीनी है जिहड़ी उहदे विच मिक्स हो रही है, मेल्ट हो जाएगी चंगी तरह। इलायची पाउडर पावांगे, 1 चुटकी मैं इलायची पाउडर की पा ली है, 1 चम्मच मैं नारियल का बुरादा पाया इहदे विच भी, 2 चम्मच है जिहड़े मैं सर्विंग स्पून चौलों का आटा पाया जिहड़ा भुन्निया सी जी असीं, चौलों का आटा पा के इहनूं हिलावांगे चंगी तरह। उस तो बाद इहनूं 1-2 मिनट उपर ही हिला लवांगे तां कि जिहड़ा चौलों का आटा उह विच चंगी तरह मिक्स हो जाए। इहदे इह देखो जी चौलों का आटा जिहड़ा मेरा मिक्स हो चुके इहदे विच चंगी तरह। आ देखो तैयार है जी। जिवें आपां चौलों दीआं पिन्नियां बनाउंदे हुंदे सीगे पहला पुराने जमाने च बनाईया जांदियां सी चौलों दीआं पिन्नियां, पर उहनूं घिओ च भुंनदे सी। इहदे च मैं कोई घिओ नहीं पाया, सिर्फ जिहड़ा लौकी दा सीगा ते बरादा जिहड़ा नारियल दा, नारियल दे बरादे दा जिहड़ा ऑयल है उहदे विच ही इह पक गिआ, ते लौकी दा जिहड़ा पाणी सी लौकी ते चीनी उहनूं इहने एडजस्ट कर लिया। और इह तैयार है जी, इहनूं बंद कर दांगे गैस नूं। इह देखो जी इह तैयार हो गिआ, थोड़ा ठंडा होण दिआंगे फिर इहदे पेड़े वटांगे असीं, छोटे छोटे पेड़े वट लवांगे। हाँ जी, आ ठंडा होने तो बाद देखो इन्ना इन्ना लैना और ये गोली बट लैनी है, गोलियां बट के इनू थोड़ा दबा देना, दबा के थोड़ा हाथ नाल सैट कर लो। इस तरह असी गोल लड्डूआं दी तरह भी इन्हों रख सकते हैं और इस तरह पेड़े भी बना सकते हैं। आ पेड़े बन के तैयार है जी। ये चौलों के उपर तो असं डेकोरेट कर देंगे, बादाम कट के रखे हुए हैं मैं। हाँ जी, ऐदा उपर बदाम लगा के असी डेकोरेट कर सकते हैं। ये देखो, हाँ जी फ्रिज दे विच रख के इहनूं 2-3 दिन लई खा सकते हैं असी, 2-3 दिन दी इहदी लाइफ है। हाँ जी, ये मिल्क पाउडर जिहड़ा लौकी दे विच पाया सीगा वह वाली है मटीरियल है साडे कोले, उहदियां भी उसे तरह असी गोलियां वटांगे, इदां गोलियां वट के उहनूं बस हथ दे नाल इदां दबा देना। ये देखो पेड़ा साडा किन्ना वधिया तैयार हो रहे ने पेड़े, इसे तरह असी सारे दे पेड़े तैयार कर लांगे। हाँ जी, ये लौकी जिहड़ा मिल्क पाउडर पा के बनाया सी असी वह वाला जी, इस तरह इहदे पेड़े तैयार कर लिए है। पेड़े तैयार करके इन्हां नूं उपर बादाम लगा के मैं डेकोरेट करता, इस तरह ये साडी मठियाई तैयार हो गई है। हाँ जी, ये देखो 2 वैराइटीज की मठियाई है जिहड़ी साडी तैयार हो गई है इक्को ही लौकी तो। ध्यान रखना है कि लौकी है जिहड़ी वह कच्ची नहीं रहनी चाहीदी, उन्हें थोड़ा खा के देख लेना कि कच्चे का स्वाद ना आवे। तो एक दे विच मिल्क पाउडर पाया सी, एक दे विच असी चौलों का आटा पाया, तो वह भी बहुत टेस्टी बनी है। चौलों के आटे वाली भी बहुत टेस्टी बनती है, मिल्क पाउडर वाली भी। तो मिल्क पाउडर के नाल तुसीं जे तुहानूं मिठा घट लगता तो तुसीं चीनी पा सकते हैं। इस तरह असी एको चीज़ तो 2 तरह की मिठाई तैयार कर ली। मैनूं उम्मीद है कि तुहानूं इह जिहड़ी घीए की बर्फी की रेसिपी है चंगी लगी होएगी, इस नूं बना के जरूर देखना ते मैनूं दसना कि तुहाडी किद्दां दी बनी है बर्फी। ते इस नूं जेकर तुहानूं चंगी लगी लाइक कमेंट ते शेयर जरूर करना। जेकर अजे तक मेरा चैनल सबसक्राइब नहीं किया ते आउण वालियां लोड़ींदियां वीडियोज़ दी नोटिफिकेशन लई चैनल नूं सबसक्राइब कर लेना। धन्नवाद जी।